ਸਰ ਮੇਰਾ ਇਹ ਕਹਿਣਾ ਵੀ ਜੋ ਉਹਨੇ ਕੀਤਾ ਉਹਨੂੰ ਮਿਲ ਗਈ ਸਜ਼ਾ ਸਰ। ਤੁਹਾਨੂੰ ਪਤਾ ਸੀ ਇਸ ਚੀਜ਼ ਦਾ? ਨਹੀਂ। ਤੇ ਅੱਜ ਅਦਾਲਤ ਨੇ ਜਿਹੜਾ ਫੈਸਲਾ ਦਿੱਤਾ? ਨਹੀਂ ਸਰ। ਕਿਵੇਂ ਦਾ ਜਿਹੜਾ ਸੀ ਉਸਦੇ ਚੱਲ ਚੱਲ ਕਿਵੇਂ ਦੇ ਸੀਗੇ ਤੁਹਾਡੇ ਘਰ? ਮੈਨੂੰ ਸਰ ਇਹ ਤਾਂ ਨਹੀਂ ਸੀ ਕਿ ਬੱਚੀ ਨਾਲ ਕਦੀ ਇੱਦਾਂ ਦੀ ਛੇੜਛਾੜ ਕਦੀ ਕੀਤੀ ਹੋਵੇ, ਪਰ ਬੱਚੀ ਹੀ ਦੱਸਦੀ ਨਹੀਂ, ਇਹ ਸਮਝ ਨਹੀਂ ਏਡੀ ਛੋਟੀ ਹੀ, ਪਰ ਉਹਨੇ ਕਦੀ ਦੱਸਿਆ ਵੀ ਨਹੀਂ ਅਤੇ ਨਾ ਮੈਂ ਕਦੀ ਇੱਦਾਂ ਦਾ ਮਹਿਸੂਸ ਕੀਤਾ। ਸਰ ਇੱਕ ਪਿਓ ਤਾਂ ਕਦੀ ਨਹੀਂ ਇੱਦਾਂ ਸੋਚ ਵੀ ਨਹੀਂ ਸਕਦੀ ਮਾਂ ਕੀ ਇੱਦਾਂ ਕਰ ਸਕਦਾ ਹੋਊਗਾ, ਪਰ ਉਹ ਜਿੱਦਣ ਉਹਨੇ ਕਰਤੀ ਸਾਨੂੰ ਉੱਦਣ ਹੀ ਪਤਾ ਲੱਗਦਾ ਲੱਗਾ। ਕੰਮ ਕੀ ਕਰਦੇ? ਮਿਸਤਰੀ ਦਾ ਕੰਮ ਕਰਦੇ ਸੀ। ਰਾਜ ਹਾਂ ਸ਼ਰਾਬ ਬਹੁਤ ਜ਼ਿਆਦਾ ਪੀਂਦੇ ਸੀ। ਤੁਹਾਡੇ ਨਾਲ ਜਿਹੜਾ ਘਰ ਦੇ ਵਿੱਚ ਜਿਹੜਾ ਆਚਰਣ ਕਿੱਦਾਂ ਦਾ ਸੀ? ਬਹੁਤ ਸਾਰਾ ਕਦੀ ਨਹੀਂ ਸਾਡੀ ਬਣੀ ਨਹੀਂ ਆ, ਕੁੱਟਦਾ ਮਾਰਦਾ ਬਹੁਤ ਜ਼ਿਆਦਾ ਹੈ ਮੈਨੂੰ। ਹਾਂਜੀ। ਜਿਸ ਟਾਈਮ 'ਤੇ ਤੁਸੀਂ ਬੱਚੀ ਦੀ ਲਾਸ਼ ਰੱਖੀ ਦਰਖਤ ਦੇ ਨਾਲ, ਉਸ ਟਾਈਮ 'ਤੇ ਜਿਹੜਾ ਜ਼ਮੀਨ ਹੈ ਇਹ ਪੈਰਾਂ ਤੋਂ ਬਹੁਤ ਸਾਰੇ ਨਹੀਂ ਸਮਝ ਹੀ ਨਹੀਂ ਲੱਗੀ ਉਦੋਂ ਵੀ ਕੀ ਹੋ ਗਿਆ, ਬਹੁਤ ਪੈਰਾਂ ਥੱਲੇ ਜ਼ਮੀਨ ਖਿਸਕ ਗਈ। ਕਿਸੇ ਨੇ ਦੱਸਿਆ? ਹਾਂਜੀ ਕਿਸੇ ਨੇ ਦੱਸਿਆ, ਆਪਾਂ ਖੁਦ ਨਹੀਂ ਵੇਖੀ। ਤੁਸੀਂ ਕੀ ਕੰਮ ਕਰਦੇ? ਮੈਂ ਘਰਾਂ ਦਾ ਕੰਮ ਕਰਦੀ ਸਰ। ਕਿੰਨੇ ਬੱਚੇ ਤੁਹਾਡੇ? 3 ਬੱਚੇ ਮੇਰੇ। ਕਿਵੇਂ ਗੁਜ਼ਾਰਾ ਹੁਣ ਕਿਵੇਂ ਚੱਲਦਾ ਘਰ? ਇੱਦਾਂ ਹੀ ਸਰ। ਕਿਸੇ ਟਾਈਮ ਤੁਹਾਡੀ ਅਦਾਲਤ ਦੇ ਵਿੱਚ ਜਾ ਕੇ ਜਾਂ ਅੰਦਰ ਜਿਹੜਾ ਆਪਣਾ ਕੈਦ ਜਾਂਦੇ ਹੋ ਤੁਸੀਂ, ਆਪਣਾ ਤੁਹਾਡੀ ਮੁਲਾਕਾਤ ਹੁੰਦੀ ਹੈ? ਹਾਂਜੀ ਸਰ, 2-3 ਵਾਰੀ ਸਰ ਗਏ, 2 ਸਾਲ ਪਿੱਛੇ ਗਏ ਪਹਿਲਾਂ, ਅਤੇ ਬਸ 2-3 ਵਾਰੀ ਮੁਲਾਕਾਤ, ਕਦੀ ਇੱਦਾਂ ਗੱਲਬਾਤ ਨਹੀਂ ਹੋਈ। ਆਹਮੋ ਸਾਹਮਣੇ ਇੱਕ ਦੂਜੇ ਨੂੰ ਮਤਲਬ ਉੱਥੇ ਵੇਖਿਆ ਅਦਾਲਤ 'ਚ, ਅਤੇ ਕਦੀ ਗੱਲਬਾਤ ਨਹੀਂ ਕੀਤੀ। ਤੁਸੀਂ ਕਦੀ ਕੋਸ਼ਿਸ਼ ਕੀਤੀ ਕਿ ਹਾਂ ਕਿ ਜਿਹੜੀ ਗਲਤੀ ਹੋ ਗਈ ਹੈ ਕਿ ਉਸ ਤੋਂ ਛੱਡ ਕੇ ਤਾਂ ਹੁਣ ਘਰ ਨੂੰ ਵਾਪਸ ਜਿਹੜਾ ਆ ਜਾਵੇ? ਨਹੀਂ ਸਰ, ਮੈਨੂੰ ਇਹੋ ਜਿਹਾ ਸਰ ਲੱਗਦਾ ਹੀ ਨਹੀਂ ਕਿ ਇਹੋ ਜਿਹੇ ਬੰਦੇ ਨੂੰ ਇੱਦਾਂ ਛੋਟ ਦਿੱਤੀ ਜਾਵੇ ਬਾਰ ਦੁਬਾਰਾ। ਕੀ ਸਮਝਦੇ ਜੀ ਇਹ ਬੰਦੇ ਨੂੰ ਕਿਹੋ ਜਿਹੀ ਸਜ਼ਾ ਹੋਣੀ? ਇਹੋ ਜਿਹੀ ਸਰ ਸਜ਼ਾ ਹੋਣੀ ਚਾਹੀਦੀ ਕਿ ਜਿਹੜਾ ਜਿੱਦਾਂ ਉਹਨੂੰ ਕੀਤਾ ਉੱਦਾਂ ਹੀ ਇਹ ਨਾ ਹੋਵੇ ਜੇਕਰ ਦੋਸ਼ੀ ਕੋ ਪਾਇਆ। ਹਾਂਜੀ ਸਰਕਾਰੀ ਕਰਦੇ ਅਸੀਂ ਤਾਂ ਕੋਈ ਕਰ ਨਹੀਂ ਸਕਦੇ, ਕੋਈ ਸਾਡੀ ਤਾਂ ਕੋਈ ਅੱਧੀ ਗੱਲ ਨਹੀਂ ਹੈਗੀ, ਅਸੀਂ ਤਾਂ ਕੋਈ ਵੱਧਦੀ ਗੱਲ ਨਹੀਂ, ਸਾਡੀ ਇਹੀ ਆਸ ਹੌਸਲਾ ਸੀ ਵੀ ਚਲੋ ਕਿਤੇ ਆ ਜੂਗਾ ਸਿਆਣੇ ਆਪਣੇ ਸਾਬੂ ਬਣ ਕੇ, ਅਤੇ ਹੁਣ ਸਾਨੂੰ ਉਹ ਵੀ ਹੌਸਲਾ ਟੁੱਟ ਗਿਆ, ਹੁਣ ਸਾਡਾ ਵੀ ਹੌਸਲਾ ਟੁੱਟ ਗਿਆ, ਨਹੀਂ ਤਾਂ ਕਿ ਇਹ ਵੀ ਚਲੋ ਕਿਤੇ ਨਾ ਕਿਤੇ ਆਊਗਾ ਜੀ, ਹੁਣ ਤਾਂ ਉਹ ਵੀ ਕੋਈ ਗੱਲ ਨਹੀਂ ਦੇਗੀ। ਤੁਹਾਡੀ ਕਦੀ ਮੁਲਾਕਾਤ ਹੋਈ ਸੀ ਕਦੀ? ਨਹੀਂ ਜੀ, ਸਾਡੀ ਨਹੀਂ ਮੁਲਾਕਾਤ ਹੋਈ ਕਦੀ। ਮਿਲਣ ਵਰਤਨ ਕਿਸ ਤਰ੍ਹਾਂ ਦਾ ਸੀ ਤੁਹਾਡੇ ਨਾਲ? ਮਿਲਣ ਵਰਤਨ ਚੰਗਾ, ਮਿਸਤਰੀ ਬਹੁਤ ਵਧੀਆ ਸੀ, ਤੂੰ ਜੱਥ ਮਾਲ ਕੇ ਦੇਖਦੇ ਇੱਥੇ ਗੁਰਦੁਆਰੇ ਜਗ੍ਹਾ ਬਣਾਉਂਦਾ ਰਿਹਾ ਯਾਰ, ਮਿਸਤਰੀ ਬਹੁਤ ਵਧੀਆ ਸੀਗਾ, ਆਹ ਕੋਟੀਆਂ ਕਾਟੀਆਂ ਵਧੀਆ ਬਣਾਉਂਦਾ, ਆਪਣੇ ਦਿਮਾਗ 'ਚ ਕੀ ਕਰਮ ਬਣ ਗਿਆ ਉਹਦੇ, ਬਹੁਤ ਦਿਮਾਗ ਦਾ ਬੰਦਾ ਥੋੜ੍ਹਾ ਸਹੀ ਸੀ, ਪਤਾ ਨਹੀਂ ਗੱਲ ਕੀ ਹੋਣ ਗਈ ਹੋਈ, ਮਾਲਕ ਜਾਣੇ ਦੱਸ ਨਹੀਂ ਸਾਥੇ ਕੋਈ ਜਾਣ ਤਾਂ ਪਤਾ ਨਹੀਂ ਕਰਦਾ, ਜਦੋਂ ਕੰਮ ਹੋ ਗਿਆ ਫਿਰ ਪਤਾ ਲੱਗਾ ਸਹੀ ਗੱਲ ਦਾ।